ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਆ ਜਾਓ ਅੱਜ ਤੁਹਾਨੂੰ ਦਿਖਾਉਣਾ ਜੀ ਫਾਰਮ ਦੇ ਪਸ਼ੂਆਂ ਨੂੰ। ਅਤੇ ਆ ਜਾਓ ਦੇਖੋ ਹੁਣ ਸਫਾਈ ਸਫੂਈ ਦਾ ਕੰਮ ਹੋ ਗਿਆ ਕਰੀ ਜਾਂਦੇ ਆ ਬਈਏ ਲੱਗੇ ਪਏ ਦਵਾ ਦਵਾ। ਅਤੇ ਸਾਰੇ ਪਸ਼ੂ ਕੱਖ ਕੁੱਖ ਖਾ ਕੇ ਮੌਜ ਨਾਲ ਪਾਣੀ ਪੂਣੀ ਪਿਆ ਤਾ ਇਹਨਾਂ ਨੂੰ ਅਤੇ ਮੌਜ ਨਾਲ ਬੈਠੀ ਜਾਂਦੀਆਂ ਅਤੇ ਗਾਲਾਂ ਕਰੀ ਜਾਂਦੀਆਂ। ਅਤੇ ਅੱਜ ਤੁਹਾਨੂੰ ਇੱਕ ਅਹਿਮ ਜਾਣਕਾਰੀ ਦੇਵਾਂਗੇ ਜੀ ਆਪਾਂ ਕੱਟਰੂਆਂ ਬਾਰੇ ਵੀ ਜਦੋਂ ਛੋਟੇ ਕੱਟਰ ਨੂੰ ਆਪਾਂ ਕਿਵੇਂ ਤਿਆਰ ਕਰਨਾ। ਅਤੇ ਐਤਕੀ ਤੁਸੀਂ ਸਾਡੇ ਕੱਟਰੂ ਦੇਖੋ ਹੁਣ ਪੂਰੀ ਵਧੀਆ ਗਰੋਥ ਹੈ ਇਹਨਾਂ ਦੀ। ਅਤੇ ਤੁਹਾਨੂੰ ਅੱਜ ਦੱਸਦੇ ਹਾਂ ਵੀ ਇਹਨਾਂ ਨੂੰ ਅਸੀਂ ਕਿਵੇਂ ਤਿਆਰ ਕਰੀ ਜਾਂਦੇ ਹਾਂ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਇਹਨਾਂ ਨੂੰ ਦਿੰਦੇ ਹਾਂ ਅਤੇ ਕਿਵੇਂ ਕੀ ਇਹਨਾਂ ਦੀ ਡਾਇਟ ਪਲਾਨ ਆ ਸਾਰੀ ਜਾਣਕਾਰੀ ਦੇਵਾਂਗਾ ਅੱਜ ਆਹ ਵੀਡੀਓ 'ਚ। ਅਤੇ ਦੇਖੋ ਕੱਟਰੂ ਐਤਕੀ ਆਹ ਤਕਰੀਬਨ ਹੁਣ 2 ਕੁ ਮਹੀਨਿਆਂ ਦਾ ਬੱਚਾ ਹੈ ਪੂਰਾ ਦੇਖੋ ਐਂ ਬਣਿਆ ਖੜ੍ਹਾ ਜ਼ਬਰਦਸਤ। ਅਤੇ ਇੱਕ ਇੱਧਰ ਵੀ ਖੜ੍ਹਾ ਇਹ ਵੀ ਕੱਟਾ ਗਾ ਇਹ ਵੀ 2.25 ਮਹੀਨਿਆਂ ਦਾ ਅਤੇ ਲੱਗਦਾ ਹੈ ਹਾਂ ਮੇਲਾ ਹਾਂ ਬਸ ਉਹੀ 2.25 ਮਹੀਨਿਆਂ ਦਾ ਦੇਖ ਪੂਰੀ ਫੁੱਲ ਗਰੋਥ ਆ ਤਿੰਨ ਦੀ ਦੇਖੋ ਜੀ ਅੱਛਾ ਓਕੇ ਕੱਟੇ ਤੇਰੇ ਕੱਟੇ ਸਾਰੇ ਆਪਣੇ ਹਾਂ ਕੱਟੀਆਂ ਸਾਰੇ ਯਾਰਾਂ ਦੀਆਂ। ਤੇ ਹੁਣ ਇੱਕ ਗੱਲ ਹੋਰ ਦੱਸੋ ਪ੍ਰਧਾਨ ਜੀ ਸੁਖਣਾ ਸੀ ਦੇਖੋ ਹਾਂਜੀ ਇੱਕ ਐਂ ਹੁੰਦਾ ਸੀਗਾ ਵੀ ਬਹੁਤ ਉਹ ਹੁੰਦਾ ਵੀ ਮੇਰੇ ਇੱਕ ਜਿਵੇਂ ਹੁਣ ਸੈਟ ਮੈਂ ਮੂਹਰੇ 100 ਮੱਝ ਦਾ ਫਾਰਮ ਬਣਨਾ ਅੱਛਾ ਉਹਨਾਂ ਦੇ ਵਿੱਚ ਹਰ ਤਰ੍ਹਾਂ ਦਾ ਕੱਟਾ ਮੈਂ ਵੱਖਰਾ ਵਰਤਾਂ ਵੀ ਕੱਟੀਆਂ ਤੇ ਆਹ ਕੱਟਾ ਝੋਟੀਆਂ ਤੇ ਆਹ ਵੱਡੀਆਂ ਮੱਝਾਂ ਤੇ ਇਹ ਤੇ ਜ਼ਿਆਦਾ ਮੈਂ ਨਾਗਨੀ ਵਾਲੇ ਬਲੱਡ ਦੇ ਕਰਕੇ ਤਿੰਨੇ ਤਿਆਰ ਠੀਕ ਆ ਹੁਣ ਤਾਂ ਚੱਲ ਇਹਦੀ ਬਾਗੀ ਹੈਗਾ 2 ਸਾਲ ਬਾਗੀ ਚੱਲੂ ਪੂਰਾ ਫੁੱਲ ਕਿਉਂਕਿ ਆਪਾਂ ਸੀਮਨ ਸੂਮਨ ਦੇ ਚੱਕਰ 'ਚ ਤਾਂ ਪੈਣਾ ਨੀ ਓਕੇ ਆਹ ਕੱਟੇ ਦੇ ਆਪਾਂ ਨੂੰ 1,00,000 ਰੁਪਇਆ ਮਿਲਦਾ ਸੀਗਾ ਸੀਮਨ ਬੈਂਕ ਕੋਲੋਂ ਠੀਕ ਹੈ ਸੱਚੀ ਵਿੱਚ ਓਕੇ ਠੀਕ ਹੈ ਸਭ ਤੋਂ ਜ਼ਿਆਦਾ ਜਿਹਦੀ ਮਾਂ ਦੇ ਪੈਸੇ ਲੱਗੇ ਪੈਸੇ ਸਾਰਿਆਂ ਨੇ ਲਾਤੇ ਸੀਗੇ ਠੀਕ ਹੈ ਸਭ ਤੋਂ ਪਹਿਲਾਂ ਆਫਰ ਆਇਆ ਸੀਗਾ ABC ਵਾਲਿਆਂ ਦਾ ਅੱਛਾ ਫਿਰ ਉਸ ਤੋਂ ਬਾਅਦ ਵਰਿੰਦਰ ਆ ਗਿਆ ਸੀ ਆਪਣਾ ਲੱਸੀ ਡੈਰੀ ਫਾਰਮ ਵਾਲਾ ਓਕੇ ਉਹਨੇ ਫਿਰ ਤੁਹਾਨੂੰ ਪਤਾ ਉਹਦੇ ਨਾਲ ਵੀ ਮਿੱਤਰਤਾ ਉਹਨੇ ਮੈਸੇਜ ਸਿੱਧੀ ਛੱਡਤਾ ਸੀ ਕਹਿੰਦਾ ਵੀ ਮੇਲੇ ਤੇ ਜਾ ਦੇਖ ਮੇਲਾ ਲਾ ਕੇ ਵੀ ਆਉਣ ਸਰ ਜੇ ਤੂੰ ਵੀ 10-11 ਲੱਖ ਰੁਪਇਆ ਲੈਣਾ ਹੋਇਆ ਮੈਂ ਇੱਥੋਂ ਝੋਟੀ ਦੇ ਲੈਣੀ ਤੋਰ ਦੀ ਕੱਲਾ ਕੱਟਾ ਦੇ ਓਕੇ ਤੇ ਫਿਰ ਰਣੀ ਵਾਲੇ ਸਣੀ ਦਾ ਵੀ ਆਫਰ ਆਇਆ ਸੀਗਾ ਜਿਹੜਾ ਘੋੜੇ ਰੱਖਦਾ ਬਹੁਤ ਮਹਿੰਗੇ ਘੋੜੇ ਆਉਂਦੇ ਤੇ ਅੱਛਾ ਤਾਂ ਉਹਨੇ ਵੀ ਉਹ ਆਫਰ ਲਾਇਆ ਸੀ ਮਾਂ ਤੇ ਕਾਲੀ ਨਾਗਰੀ ਤੇ ਓਕੇ ਫਿਰ ਉਦੋਂ ਬਾਅਦ ਬਾਈ ਕਹਿੰਦਾ ਮੈਨੂੰ ਦੱਸ ਦੀ ਠੀਕ ਹੈ ਤਾਂ ਫਿਰ ਤੁਹਾਨੂੰ ਪਤਾ ਸਾਡੇ ਘਰੇ ਮੰਮੀ ਵਰਗੀਆਂ ਹੋਗੀਆਂ ਸਾਡੀਆਂ ਬੁੜੀਆਂ ਨੂੰ ਵੇਚਣ ਦਿੰਦੀਆਂ ਹੁਣ ਤੋਂ ਇੱਕ ਫਾਰਮ ਦੀ ਕਲਾ ਵੀ ਆਪਾਂ ਮੁਰਗੀ ਨਹੀਂ ਖਾਧੀ ਬਸ ਆਂਡੇ ਖਾਂਦੇ ਹਾਂ ਓਕੇ ਤੇ ਹੁਣ ਐ ਵੀ ਦੱਸ ਵੀ ਮੰਨ ਲਾ ਇਹ ਕੱਟਾ ਆਪਣਾ ਪੂਰਾ ਜ਼ਬਰਦਸਤ ਤਿਆਰ ਹੋਈ ਜਾਂਦਾ ਹੁਣ ਫਿਰ ਇਹਨੂੰ ਇਹਦਾ ਡਾਇਟ ਪਲਾਨ ਵੀ ਸਮਝਾ ਸਾਰੇ ਵੀਰਾਂ ਨੂੰ ਵੀ ਪਤਾ ਲੱਗੇ ਤਾਂ ਜੋ ਦੂਜੇ ਆਪਣੇ ਆਉਣ ਵਾਲੇ ਹੋਰ ਭਰਾ ਜਿਹੜੇ ਨਾ ਉਹਨਾਂ ਨੂੰ ਵੀ ਪਤਾ ਲੱਗੇ ਆਪਾਂ ਦਿੰਦੇ ਕੀ ਇਹਨਾਂ ਨੂੰ ਕਾਰਨ 2-3 ਹੁੰਦੇ ਆ ਜੀ ਮੈਂ ਤੁਹਾਨੂੰ ਦਿਖਾਵਾਂ ਨਾਲੇ ਉਹ ਕੱਟੇ ਵੀ ਦੁੱਧੋਂ ਵੀ ਹਟਾ ਤੇ ਉਸ ਤੋਂ ਬਾਅਦ ਦਿੱਲੀ ਵਾਲਾ ਕੱਟਾ ਦੇ ਬਿਮਾਰ ਹੋ ਗਿਆ ਕਮਜ਼ੋਰ ਜਿਹਾ ਹੋ ਗਿਆ ਸੀ ਤੇ ਹੁਣ ਚੌੜਾ ਦੇ ਪੂਰਾ ਹਾਂ ਬਣ ਗਈ ਲੱਗੇ ਨਾ ਹਵਾ ਹੁਣ ਤੁਹਾਨੂੰ ਉਹੀ ਚੀਜ਼ ਦੱਸੂਗੀ ਬਣਾਉਂਗੇ ਕੱਲ ਨਾਲ ਆ ਦੇ ਉਸ ਤੋਂ ਬਾਅਦ ਆ ਦੇਖ ਲੰਮੂ ਦੀ ਕੱਟੀ ਬਿਮਾਰ ਰਹੀ ਕਿੰਨੀ ਵਾਰੀ ਸੈੱਟ ਰਹੀ ਹੈ ਆ ਇੱਦਾਂ ਦੇਖ ਆ ਕੱਟਾ ਮੇਰੇ ਹਿਸਾਬ ਨਾਲ ਹੋ ਗਿਆ ਉਹ 4-5 ਮਹੀਨੇ 4.5 ਮਹੀਨੇ ਦੇ ਲੱਗਾ ਬਾਕੀ ਤਰੀਕ ਦੇਖ ਲਾਂਗੇ ਇਹ ਦਿੱਲੀ ਵਾਲੀ ਪਹਿਲਾਂ ਝੋਟੀ ਦਾ ਦੇਖ ਲਓ ਵੀ 9ਵੇਂ ਸੂਈ ਆ ਕਿ 10ਵੇਂ ਸੂਈ ਆ ਉਹ ਓਕੇ ਉਹਦਾ ਕੱਟਾ ਦੋਨੇ ਪੈਣਾ ਦਾ ਤੇ ਕੱਦ ਦੇਖ ਬਾਈ ਬਾਈ ਦੁੱਧ ਬੰਦ ਹੋਈ ਨੂੰ ਮਹੀਨਾ 1.5 ਮਹੀਨਾ ਹੋ ਗਿਆ ਕਸਮ ਲੱਗੇ ਤੇ ਨਾਲ ਇਹਨੂੰ ਖੁਰਾਕ ਪਤਾ ਕਿਹੜੀ ਆ ਨਾਲ ਮਾਵਾਂ ਦੇ ਨਾਲ ਹੀ ਜਿਹੜੀ ਖੁਰਾਕ ਹੁੰਦੀ ਆ ਸੰਨੀ ਸੱਪਾ ਉਹੀ ਚੱਲਦੀ ਇਹਦੀ ਸਪੈਸ਼ਲ ਇਹਨੂੰ ਫੀਡ ਨਹੀਂ ਚੱਲਦੀ ਜਿਵੇਂ ਉਹਨਾਂ ਨੂੰ ਮੈਂ ਗਰੋਵਰ ਪਾ ਦਈਦੀ ਆ ਜਾਂ ਉਮਰ ਦੇ ਹਿਸਾਬ ਨਾਲ ਸਟਾਰਟਰ ਪਾਈਦੀ ਐਂ ਪਾਈਦੀ ਹੈ ਨਾ ਪਰ ਇਹਨਾਂ ਨੂੰ ਨਹੀਂ ਵਿਚਾਰੇ ਨੂੰ ਮੁੱਲ ਦੀ ਪਾਈਦੀ ਇਹਨਾਂ ਨੂੰ ਘਰ ਦੀ ਪਾਈਦੀ ਆ ਤੇ ਬਸ ਹਾਂ ਇੱਕ ਚੀਜ਼ ਜ਼ਰੂਰ ਆ ਜੋ ਮੈਂ ਉਹ ਵੀ ਕੱਟਾ ਹਾਂ ਉਹ ਵੀ ਕੱਟਾ ਦੇਖ ਤੇ ਆ ਵੀ ਬਹੁਤ ਜ਼ਬਰਦਸਤ ਬਣਨਾ ਸੀ ਉਹ ਗੱਲ ਕਰ ਥੋੜਾ ਜਿਹਾ ਇਕੱਠੇ ਪਹਿਲਾਂ ਮਰਨ ਕਰਕੇ ਬਾਲ ਜੇ ਖਿੱਚਣ ਲੱਗ ਗਏ ਫਿਰ ਅੱਗੇ ਵੱਡਾ ਕਰਦੇ ਤਾਂ ਹੁਣ ਜੇ ਗਰੋਥ ਦਾ ਆਪਾਂ ਕਾਰਨ ਵੱਡਾ ਗੱਲ ਕਰਕੇ ਤਾਂ ਮੈਂ ਤੁਹਾਨੂੰ ਦੱਸਿਆ ਸੀ 2019 ਚ ਮੇਰੀ ਯਾਰੀ ਪਈ ਸੀ ਇਹਨਾਂ ਨਾਲ ਰੋਮਨ ਪਾਵਰ ਦਾ ਕਰਕੇ
ਰੋਮਨ ਪਾਵਰ ਗੋਲੀ, ਰੋਮਨ ਪਾਵਰ ਦੀ। ਅੱਛਾ, ਤੇ ਮੈਨੂੰ ਮੈਂ ਲੈਂਦੀ ਸੀ ਆ ਮੱਝ ਆ 2019 ਦੇ ਮੇਲੇ ਤੇ। ਠੀਕ ਹੈ, ਗ੍ਰੇਟਡ ਮੈਨੂੰ ਬਾਈ ਦਾ ਬਲਮਗੜ ਵਾਲੇ ਦਾ ਰਾਜ ਆ ਨਾਂ ਬਾਈ ਦਾ। ਅੱਛਾ, ਤੇ ਮੈਨੂੰ ਕਹਿੰਦਾ ਲੈ ਮੱਝ ਤਾਂ ਲੈ ਗਿਆ ਮੈਂ ਜਾਣਾ, ਕਹਿੰਦਾ ਹਰਿਆਣੇ 'ਚ ਬੱਸਾਂ ਦਾ ਕੰਮ ਉਹਨਾਂ ਦਾ, ਤੇ ਕਹਿੰਦਾ ਉੱਥੋਂ ਕਿ ਗੋਲੀਆਂ ਆਉਣੀਆਂ ਸਰਸੇ ਤੋਂ ਮਿਲ ਜਾਣੀਆਂ, ਪੰਜਾਬ ਤੋਂ ਨਹੀਂ ਮਿਲਦੀਆਂ। ਮੈਂ ਚੱਲ ਕੰਡਕਟ ਕੀਤਾ ਤੇ ਕੰਡਕਟ ਫਿਰ ਇਹਦੇ ਨਾਲ ਹੀ ਹੋ ਗਿਆ ਸੀ ਭਰਾ ਨਾਲ ਆਪਣਾ, ਜਦੋਂ ਸਭ ਤੋਂ ਪਹਿਲੀ ਸਾਡੀ ਯਾਰੀ ਪਈ ਆ। ਹਾਂਜੀ, ਤੇ ਆ ਵੀਰ ਦਾ ਉਦੋਂ ਬਾਅਦ 2019 ਦੇ ਵਿੱਚ 20 ਆ ਗਏ ਤੂੰ ਮੇਲੇ ਤੇ, ਹਾਂ 20 ਆਏ ਸਾਡੇ ਨਾਲ। ਤੇ 19 ਦੇ ਵਿੱਚ ਬਾਈ ਜੀ ਮੈਂ ਡੱਬਾ ਗੋਲੀਆਂ ਦਾ ਉਹ ਤੋਂ ਬਾਈ ਤੋਂ 2 ਮੰਗਾਲੇ। ਇਹਨਾਂ ਨੇ ਦੱਸਿਆ ਸੀ ਪਹਿਲੇ ਦਿਨ 4 ਦੇਣੀਆਂ, ਠੀਕ ਹੈ, ਦੂਜੇ ਦਿਨ 4 ਦੇਣੀਆਂ, ਹਨਾ। ਓਕੇ, ਤਾਂ ਉਦੋਂ ਬਾਅਦ 3 ਕਿ ਦਿਨ 4-4 ਦੇ ਕੇ ਫਿਰ ਦਿੰਦੀਆਂ 2-2 ਦੀ ਚੱਲੂ ਪਾਉਂਦੇ। ਓਕੇ, ਤੇ ਬਾਈ ਜੀ ਇਹਨੇ ਉਹੀ ਗੱਲ ਕੀਤੀ ਜਿਵੇਂ ਇਹਨਾਂ ਨੇ ਆਖਿਆ ਜੀ ਵੀ ਲੱਕੜਾਂ ਚੱਬਣ ਲਾ ਦਾਂਗੇ, ਤੇ ਇਹ ਬਾਈ 17-18 ਦਿਨਾਂ ਦੀ ਸੂਈ ਵੀ ਸਿੱਧੀ ਮੇਲੇ 'ਤੇ ਆ ਰਹੀ ਸੀ। PDF ਮੇਲੇ 'ਤੇ 2019 ਦੇ ਵਿੱਚ ਨਵੇਂ ਸੀ ਆਪਣੇ ਕੋਲ, ਨਾਲੇ 100-150 ਮੁੰਡਾ ਹੁੰਦਾ ਤੁਹਾਨੂੰ ਪਤਾ ਮੇਲੇ 'ਤੇ, ਹਨਾ। ਤੇ ਕਿਉਂਕਿ ਕਹਿਣ ਤਾਂ ਸਿੱਖੂ ਦੇਵਤਾ ਵਾ ਲਾਉਣ ਦਾ ਕੋਈ ਮਰਜ਼ੀ ਲਈ ਚੱਲੇ, ਇੱਕ ਗੱਲ ਇਹ ਵੀ ਬੱਚਾ ਆਉਂਦੀ ਆ, ਪਰ ਸਾਰਿਆਂ ਤੋਂ ਵੱਧ ਜਿਹੜੀ ਸੇਫਟੀ ਮੰਨ ਲਓ ਬੰਦਿਆਂ ਦੀ ਉਹ ਮੇਰੇ ਕੋਲ ਹੁੰਦੀ ਆ ਮੇਲੇ 'ਤੇ, ਕਿਉਂਕਿ ਸਾਡੇ ਜਿਹੜੇ ਯਾਰ ਆ ਯਾਰੀ ਦਾ ਗਰੁੱਪ ਹੈਗਾ ਬਹੁਤ ਵੱਡਾ, 150-200 ਬੰਦਾ, ਅਤੇ ਸਾਰੇ ਭਰਾਵਾਂ ਨੂੰ ਕਿਸੇ ਨੂੰ ਐਵੇਂ ਨਹੀਂ ਪਤਾ ਹੁੰਦਾ ਯਾਰ ਕੀ ਪਾਉਣਾ, ਜਿਹੜੇ ਨੇ ਪਾਤੇ ਤਾਂ ਕੱਖ ਪਾਤੇ, ਐਦਾਂ ਐਵੇਂ ਸਾਨਾ ਦੁੱਧ ਕੱਢੇ ਹੋਏ ਲੋਕਾਂ ਦੇ ਵਿੱਚ। ਅਤੇ ਫਿਰ ਉਦੋਂ ਬਾਅਦ ਆਪਣਾ ਜਦੋਂ ਵਿਸ਼ਵਾਸ ਬਣਿਆ, ਫਿਰ ਇਹਨਾਂ ਦਾ ਉਹ ਟਾਈਮਾਂ ਦੇ ਉੱਤੇ ਗੋਲੀਆਂ ਤੋਂ ਲਾ ਕੇ ਹੌਲੀ ਹੌਲੀ, ਚਲੋ ਕੰਪਨੀ ਚੰਗੀ ਸੀ ਆਪਣੀ ਪ੍ਰੋਡਕਟਿਵ ਬਣਾਉਂਦੀ ਰਹੀ, ਫਿਰ ਮਗਰਲੇ ਹੁਣ 2-3 ਸਾਲਾਂ ਤੋਂ ਆਪਾਂ ਨੂੰ ਬੜੇ ਗਾਫ 'ਤੇ ਭਰੋਸਾ ਬਹੁਤ ਵੱਡਾ। ਪਹਿਲਾਂ ਮੇਰੇ ਪਸ਼ੂਆਂ ਦੀ ਤੂੰ ਦੇਖਿਆ ਮਗਰਲੇ ਸਾਲ ਗਰੋਥ ਘੱਟ ਸੀ ਨਾ ਬਾਈ, ਜਦੋਂ ਤੂੰ ਮੇਰੇ ਕੋਲ ਆਇਆ ਭੈਣ ਦੀਆਂ ਹੋਰ ਹੀ ਨਿਕਲੀਆਂ ਸੀ, ਪਤਾ ਨਹੀਂ ਮੈਂ ਵੀ ਭਾਵੇਂ ਔਖਾ ਹੋ ਗਿਆ। ਮੈਂ ਕਹਾਂ ਯਾਰ ਕਾਰਨ ਕੀ ਹੈ, ਬੱਚੇ ਨੂੰ ਦੱਬੀ ਤੁਰੇ ਜਾਂਦੇ ਦੁੱਧ, ਜਦੋਂ ਦੁੱਧ ਫੁੱਲ ਪਈ ਜਾਂਦੇ ਆ ਉਹਨਾਂ ਟਾਈਮ ਤਾਂ ਬੱਚਾ ਗਰੋਥ ਦਿੰਦਾ, ਅਤੇ ਜਦੋਂ 2-2.5 ਮਹੀਨੇ ਵੱਧ ਦੁੱਧ ਘਟਾਉਣ ਦੀ ਕੋਸ਼ਿਸ਼ ਕਰਨ ਲੱਗ ਜਾਂਦੇ ਵੀ ਫੀਡ ਖਾਣ, ਉਹਦੇ ਬੱਚਾ ਹੌਲੀ ਹੌਲੀ ਅੰਦਰ ਹੀ ਵੜ ਜਾਂਦਾ, ਕਮਜ਼ੋਰ ਹੋ ਜਾਂਦਾ, ਹਾਂ ਲਿਸਾ ਜਿਹਾ ਹੋ ਜਾਂਦਾ, ਅਤੇ ਵੀ ਕਾਰਨ ਕੀ ਹੈ ਹਨਾ ਵੀ ਖਰੀਕ ਖੁਰਾਕ ਵੀ ਵੱਧ। ਫਿਰ ਇਹਨਾਂ ਨੇ ਸਭ ਤੋਂ ਪਹਿਲਾਂ ਆਪਾਂ ਨੂੰ ਜਿਹੜਾ ਵੜਾ ਕਾਫ ਨਾ ਐਦਾਂ ਦੀ, ਮਤਲਬ ਹੁਣ ਤਾਂ ਕਹਿੰਦੇ 2 ਆਉਣੀ, ਓਕੇ ਇਹ ਹੋਇਆ ਬੜਾ ਬੜਾ ਕਾਫ, ਹਾਂ ਇਹ ਬੜੇ ਗਾਫ ਦੇ ਨਾਂ 'ਤੇ ਹੀ ਹੈ, ਪੂਰਾ ਮਸ਼ਹੂਰ ਪ੍ਰੋਡਕਟ ਹੈ। ਓਕੇ, ਇਹ ਪਾਊਡਰ ਫੋਮ 'ਚ ਆਉਂਦਾ ਅਤੇ ਲਿਕੁਇਡ ਫੋਮ 'ਚ ਆਉਂਦਾ, ਇਹ ਦੋਨੇ ਫੋਮਾਂ 'ਚ ਆਉਂਦਾ, ਜਿਹੜਾ ਤਾਂ ਹੁਣ ਬੱਚਾ ਜਿਵੇਂ ਹੁਣ ਆਪਣੇ ਆਹ ਬੱਚੇ ਚੱਲੀ ਜਾਂਦੇ ਆ, ਹਾਂ ਇਹਨਾਂ ਦਾ ਹੁਣ ਮੈਂ ਦੇਈ ਜਾਂਦਾ 20-20 ML 25-25 ਸੌਰੀ ਬੜਾ ਕਾਫ, ਉਹ ਸਰੇਟੇ 'ਚ 25-20 ML ਵਾਲੀ 'ਚ ਨਾ 25 ਪੈ ਜਾਂਦਾ ਫੁੱਲ ਭਰ ਲੈਣਾ ਮੈਂ ਇੰਡਾ, ਲਿਕੁਇਡ ਵਾਲਾ, ਹਾਂ 24-25 ਪੈ ਜਾਂਦਾ ਉਹਦੇ 10 ML। ਓਕੇ, ਲਿਕੁਇਡ ਸੁਬਾਹ ਅਤੇ ਸ਼ਾਮ, ਓਕੇ ਬਸ ਇੱਕ ਇੱਕ ਸਰੇਟੇ 'ਚ ਭਰ ਕੇ 20 ML 25 ML ਪੈ ਜਾਂਦਾ, 50 ਗ੍ਰਾਮ ਦਿੰਦਾ ਇਹਨਾਂ ਨੂੰ। ਓਕੇ ਠੀਕ ਆ, ਇਹਨੂੰ ਵੀ ਦਿੰਦਾ, ਅਤੇ ਤੂੰ ਇੱਕ ਰੰਗ ਰੁੰਗ ਦੇਖੀ, ਹਜੇ ਤਾਂ ਗੱਲ ਕਰ ਧੁੱਪ ਨਹੀਂ ਨਿਕਲਦੀ, ਗਿਆ ਸੱਪ ਵਾਂਗੂ ਜਿਵੇਂ ਕਹਿ ਦੇ ਤੇ ਨਾਲੇ ਇਹਦੇ ਥਾਂ ਤੋਂ ਗੱਲਾਂ ਕਰ ਲੈਂਦੇ ਆ ਬਾਈ, ਤੇ ਪਰ ਰੱਬ ਦੀ ਕਿਰਪਾ ਠੀਕ ਹੈ। ਤੇ ਉਦੋਂ ਬਾਅਦ ਫਿਰ ਇਹਨੂੰ ਵੀ ਆਈਆਂ ਛੋਟਾ ਹਜੇ, ਗਰੋਥ ਬਹੁਤ ਵਧੀਆ। ਸੁਭਾ ਕਿੰਨੇ ਮਹੀਨੇ ਦਾ ਜੀ ਇਹ ਹੋ ਗਿਆ? ਉਹ 2.5-3 ਮਹੀਨਿਆਂ ਦਾ, 2.5-3 ਮਹੀਨੇ ਦਾ ਹੋ ਗਿਆ, ਆਹ 3 ਮਹੀਨਿਆਂ ਦੀ ਹੋ ਗਈ। ਇਹਨੂੰ ਬੜਾ ਗਾਫ ਕਦੋਂ ਸ਼ੁਰੂ ਕਰਿਆ ਆਪਾਂ? ਆਹ ਵੀ ਟੈਟ ਹੋ ਗਿਆ, ਅੱਜ ਫਿਰ ਬੜਾ ਢਿੱਲਾ ਕਰਨਾ, ਇਹਨੂੰ ਆਪਾਂ ਨੂੰ ਬਸ 1.5-2 ਮਹੀਨੇ ਵੱਧ, ਬਸ ਉਦੋਂ ਮੇਲੇ ਤੋਂ ਆ ਕੇ ਉੱਥੇ ਤੋਂ ਮੈਂ ਮੰਗਾਇਆ ਸੀ ਆਪਣੇ ਮੇਲੇ, ਹਾਂਜੀ ਹਾਂਜੀ ਉੱਥੋਂ ਮੰਗਾਇਆ ਸੀ ਤੁਸੀਂ, ਤੇ ਤੂੰ 5 ਕਿਲੋ ਭੇਜਿਆ ਸੀ ਉਦੋਂ, ਹਾਂ 5 ਕਿਲੋ ਫੋਮ ਵਾਲਾ, 5 ਕਿਲੋ ਉਹ, ਜਾਂ ਜਮਾਨ ਲਾ ਵੀ 1.5-1.5 ਮਹੀਨਾ ਹੋ ਗਿਆ, ਇਹ ਸਾਰੇ ਨੂੰ ਮੈਂ ਚੱਲੀ ਜਾਂਦਾ ਦਿੱਲੀ ਵਾਲੇ ਕੱਟੇ ਦੇ ਸਭ ਤੋਂ ਵੱਡਾ ਟ੍ਰਾਇਲ ਸੀ, ਦੋਨੋਂ ਆ ਜਿਹੜੇ ਹੁਣ ਵੱਡੇ ਕੱਟਰੂ ਆ, ਜਿਵੇਂ ਉਹ ਕੱਟੇ ਆ ਜਿਹੜੇ ਮਤਲਬ 5-6 ਮਹੀਨੇ ਤੋਂ ਵੱਡੇ ਹੋ ਜਾਂਦੇ ਆ, ਮੈਂ ਤਾਂ ਜਾਣੀ ਕਿ ਵੀ ਉਸ ਹਿਸਾਬ ਨਾਲ ਹੀ, ਕਿਉਂਕਿ ਪਹਿਲਾਂ ਜਿਹੜੇ 5-6 ਮਹੀਨੇ ਤੱਕ ਬੱਚਾ ਜਦੋਂ ਛੋਟਾ ਮਹੀਨੇ ਤੋਂ ਸਟਾਰਟ ਕਰ ਲਓ, ਮਹੀਨੇ ਤੋਂ ਸਟਾਰਟ ਹੋਊਗੇ 5 ਮਹੀਨੇ ਲਗਾਤਾਰ ਦੇ ਦਿਓ, ਤੇ ਕੱਟਰੂ ਰਲਦੇ ਨਹੀਂ ਵੀ ਕਿਸੇ ਨਾਲ ਵੀ ਠੀਕ ਆ, ਲੁਕੜ ਫਾਰਮ 'ਚ ਹੁੰਦਾ ਜਿਹੜਾ ਪੀਣ ਵਾਲੀ ਦਵਾਈ ਹੁੰਦੀ, ਬੜਾ ਗਾਫ ਦੀ, ਹਾਂ ਬੜੇ ਗਾਫ ਦੀ, 25 ML ਸੁਬਾਹ 25 ML ਸ਼ਾਮ ਦੇ, ਚਲੋ 5 ਮਹੀਨੇ ਤੱਕ ਹੀ ਦੇ ਦਿਓ, ਜਦੋਂ 5-6 ਮਹੀਨਾ ਲੱਗ ਗਿਆ ਬੱਚੇ ਨੂੰ ਉਦੋਂ ਜਿਹੜਾ ਪਾਊਡਰ ਫਾਰਮ ਦੇ ਵਿੱਚ ਹੈ, ਪਾਊਡਰ ਫਾਰਮ ਦੇ ਵਿੱਚ ਇਹ ਵੀ 50 ਕੁ ਗ੍ਰਾਮ ਦੇ ਲਗਭਗ ਹੀ ਦਿਨ ਦੇ ਵਿੱਚ ਬੱਚੇ ਨੂੰ ਖਵਾਉਣਾ। ਓਕੇ, ਬਾਕੀ ਆਦੇ ਬਥੇਰੀਆਂ ਦੇ ਜੋ
ਇਹਨਾਂ ਨੂੰ ਚਲਾ ਦਈਏ ਨਾ ਹੋਇਆ ਤਾਂ ਸਾਨੂੰ ਸਨਮਾਨ ਤਾਂ ਕਰੀ ਜਾਵੇ। ਇਹ ਮੇਰਾ ਡੈਡੀ ਲੈ ਕੇ ਜਾਊਗਾ ਜਾਂਗਾ ਇਹਨਾਂ ਨੂੰ, ਇੱਕ ਸਾਡੇ ਖੜਾ ਗਾ ਸਾਹੀਵਾਲ ਦਾ ਡੈਡੀ, ਕਹਿੰਦਾ ਤਿੰਨਾਂ ਨੂੰ ਲੈ ਕੇ ਜਾਊ ਮੇਲੇ ਤੇ, ਬਸ਼ਰਮੀ ਹੁੰਦੇ ਕਹਿੰਦੇ ਸਾਨੂੰ ਸਨਮਾਨ ਤਾਂ ਕਰੋਗੇ, ਤਿੰਨ ਬੱਚੇ ਆਏ ਸਾਡੇ ਕੋਲੇ। ਲਓ ਜੀ ਦੇਖੋ ਪੂਰਾ ਜਬਰਦਸਤ ਕਿੰਨੇ ਚਿਰ ਦਾ, ਕਿੰਨੇ ਚਿਰ ਦੀ ਗੱਭਣ ਹੋ ਗਈ? ਇਹ ਗੱਭਣ ਹੋ ਗਈ ਸਾਢੇ ਤਿੰਨ ਚਾਰ ਮਹੀਨੇ। ਸਾਢੇ ਤਿੰਨ ਕਿੰਨੇ ਸਾਲ ਦੀ ਹੈ ਜੀ ਇਹ? ਇਹ ਬਾਈ ਹੋ ਗਈ, ਇਹ ਵੱਡੀਆਂ ਹੋ ਗਈਆਂ ਸੀ ਯਾਰ, ਇਹ ਹੋ ਗਈ 3 ਸਾਲਾਂ ਦੇ ਕਰੀਬ ਹੀ। ਅੱਛਾ ਠੀਕ ਹੈ ਜੀ। ਤੇ ਆਹ ਹੋ ਗਈ 2.5 ਸਾਲਾਂ ਦੇ ਲਗਭਗ, ਉਹ ਵੀ 3 ਸਾਲਾਂ ਦੀ ਯਾਰ। ਇਹਦੇ ਨਾਲ ਦੀ ਤੇ ਆਹ ਨੀਲੀ ਰਾਤ ਜਿਹੜੀ ਮੈਂ ਕਲੀ ਝੋਕੀ ਆ ਤੇ ਉਹ ਨੂੰ ਵਾਲੀ ਆ, ਇਹ ਸਾਰੀਆਂ ਇਹ ਗਲਤੀਆਂ ਹੋਈਆਂ ਸੀ ਮੈਥੋਂ ਲੇਟ, ਜਦੋਂ ਤਾਂ ਮੈਂ ਕਾਲੀ ਨਾਗਨੀ ਵਰਗ ਨੂੰ ਕਰਾਉਣ ਤੇਰੇ ਵਾਲੇ ਪ੍ਰੋਜੈਕਟ ਆਪਾਂ ਪਾਈ ਗਏ। ਠੀਕ ਆ, ਉਹ ਬਹੁਤ ਛੇਤੀ ਸਪੀਡ ਦੇ ਨਾਲ ਗੱਭਣ ਕਰਾਉਂਦਾ ਮੈਂ। ਠੀਕ ਹੈ ਜੀ, ਦਿੱਲੀ ਵਾਲੀ ਝੋਟੀ ਤੇ ਕਾਲੀ ਆਪਣੀ, ਤੇ ਦੇਖ ਲਾ ਮੇਲੇ ਵੀ ਜਿੱਤ ਗਈ ਤੇ ਕੱਟਾ ਵੀ ਦੇਤਾ ਤੇ ਕੀਮਤ ਵੀ ਉਹਨੇ ਲੱਖਾਂ 'ਚ ਬਣਾ ਲਈ ਆਉਂਦੀ, ਤੇ ਇਹ ਉਹਨਾਂ ਦੇ ਨਾਲ ਦੀਆਂ ਇਹ ਮਹੀਨੇ ਮਹੀਨੇ ਦੇ ਫਰਕ ਆ, ਤੇ ਇਹ ਹਜੇ ਗੱਭਣੀ ਹੁੰਦਾ ਹਜੇ। ਤੁਸੀਂ ਪ੍ਰਕਾਸ਼ ਦੀ ਗੱਲ ਸੁਣ ਕੇ ਹੈਰਾਨ ਹੋ ਜਾਓਗੇ ਵੀਰੇ, ਕਿਉਂਕਿ ਇਦੋਂ ਪਹਿਲਾਂ ਥੋੜੀ ਜਿਹੀ ਕਈ ਵਾਰੀ ਹੁੰਦਾ ਫਾਰਮ ਦੇ ਵਿੱਚ ਮਾੜੀ ਮੋਟੀ ਆਪਾਂ ਕਰਸ ਵੀ ਚਲਾ ਦਿੰਦੇ ਚਲਾ ਦਿੰਦੇ ਹਾਂ ਨਹੀਂ, ਪਰ ਅੱਗੇ ਉਹ ਚੀਜ਼ਾਂ ਤੋਂ ਮੈਂ ਮਾਰ ਖਾ ਗਿਆ ਤੇ ਅੱਗੇ ਮੇਰਾ ਘੱਟੂ ਕੋਈ ਲੱਸਾ ਹੈਗਾ ਤੇ ਮਗਰਲੀ ਵਾਰ ਕਿੰਨਾ ਜਲੂਸ ਨਿਕਲ ਗਈ ਕਈ ਘੱਟੂ। ਕਿੰਨੇ ਚਿਰ ਦੀ ਹੋ ਗਈ ਇਹ? ਪਤਾ ਨਾ ਕਿੰਨੇ ਚਿਰ ਦੀ ਹੋ ਗਈ ਕੱਟੀ ਇਹ? ਹਾਂ ਇਹ ਕੱਟੀ ਯਾਰ ਹੋ ਗਈ ਮੈਨੂੰ ਲੱਗਦਾ 6 ਮਹੀਨੇ। ਸਿੰਗਾ ਸੰਗਾ ਤਾਂ ਆਈ ਲੱਗਦੀ ਸੀ, ਥੋਟ ਗਈ ਹੈ ਨਾ ਆਲੇ ਸ਼ੰਕ ਵੀ 6.5 ਮਹੀਨੇ ਦੀ 7 ਮਹੀਨੇ ਦੀ ਮਾਰ ਲਾ ਤੇ ਕੱਤ ਕੁੱਟ ਦੇਖ ਲੈ ਪੂਰਾ ਜ਼ਬਰਦਸਤ ਹੋ ਰਿਹਾ। ਜਾਣ ਚੀਜ਼ ਪਾਉਣ ਦੇ ਨਾਲ ਵੀ ਜੇ ਆਪਾਂ ਵਾਰੀ ਵਾਰੀ ਕਈ ਵਾਰੀ ਆਪਾਂ ਨੂੰ ਹੁੰਦੀ ਆ ਅਗਲਾ ਕਹਿੰਦਾ ਵੀ ਇੱਕ ਬਿੰਦੀ ਮੈਂ ਤੇਰੇ ਕੋਲ ਚੀਜ਼ ਪੁੱਛਣਾ ਚਾਹੁੰਦਾ ਬਾਈ। ਹਾਂ ਐਡ ਵੀ ਆਪਾਂ ਕੀਤੀ, ਇੱਕ ਚੀਜ਼ ਆਪਣਾ ਜਦੋਂ ਮਰਜ਼ੀ ਕੱਢ ਕੇ ਦੇਖ ਲਿਓ, ਜਿਹੜੀ ਐਡ ਕੀਤੀ ਆਪਾਂ ਐਡ ਉਸੇ ਦੀ ਕੀਤੀ, ਜੇ ਦਮਦਾਰ ਹੋਊਗੀ ਜੇ ਨਹੀਂ ਦਮਦਾਰ ਹੈ ਕੋਈ ਮਰਜ਼ੀ ਬੰਦਾ ਆਪਾਂ ਨੂੰ ਕਹਿ ਨਹੀਂ ਸਕਦਾ ਵੀ ਬਾਈ ਐਡ ਕੀਤੀ। ਕਈ ਯਾਰ ਦੋਸਤਾਂ ਦੇ ਪ੍ਰੋਜੈਕਟਾਂ ਦੀ ਵੀ ਪਾਈ ਸੀ ਪਰ ਜਿੰਨਾ ਟਾਈਮ ਜੇ ਰਿਜ਼ਲਟ ਨਹੀਂ ਆਉਂਦਾ ਤਾਂ ਉਨਾ ਟਾਈਮ ਆਪਾਂ ਨੰਬਰ ਨਹੀਂ ਪਾਇਆ, ਅਤੇ ਜਿਹਦਾ ਨੰਬਰ ਪਾਇਆ ਤਾਂ ਜਿਵੇਂ ਬਾਈ ਵਾਰ ਕਹਿੰਦੇ ਸਾਨੂੰ ਹਰ ਵਾਰੀ ਮਿਲਾਈਦਾ ਜਦੋਂ ਮੇਰੇ ਕੋਲ ਆ ਜਾਂਦਾ ਹੁਣ, ਕਿਉਂਕਿ ਅਸੀਂ 2 ਮਹੀਨਾ ਵੱਧ ਮਿਲਦੇ ਹਾਂ, ਇਹਦੋਂ ਇੱਧਰ ਆਉਂਦਾ ਹੁੰਦਾ ਇਹਨੂੰ ਅੱਖਾਂ ਦਾ ਵੀ ਤਾਂ ਰਾਤ ਨੂੰ ਕੱਟ ਜਾਇਆ ਕਰ, ਕੋਈ ਗੱਲਾਂ ਬਾਤਾਂ ਹੋਈਆਂ ਫਿਰ ਵੀ ਮਾਇੰਡ ਅੱਡੋ ਅੱਡ ਹੁੰਦਾ ਬੰਦਿਆਂ ਦਾ ਹੈ ਨਾ, ਤਾਂ ਨਾਲ ਤਾਂ ਕੋਈ ਕਬੀਰਦਾਰੀ ਦੀਆਂ ਗੱਲਾਂ ਹੋ ਜਾਣਗੀਆਂ, ਨਾਲੇ ਇਹ ਸਿਸਟਮ ਵਿਚਾਰਾ ਪਹੁੰਚਾ ਜਾਂਦਾ। ਅਤੇ ਬਾਕੀ ਹੁਣ ਤਾਂ ਇੱਧਰ ਸਾਡੇ ਏਰੀਏ ਤਾਂ ਰਾਮਪਰੇ ਨੇ ਰਖਾਤਾ, ਅਤੇ ਹੋ ਸਕਦਾ ਜੇ ਕਈ ਵਾਰੀ ਕਿਸੇ ਨੂੰ ਨਹੀਂ ਵੀ ਪ੍ਰੋਬਲਮ ਹੁੰਦੀ ਤੁਸੀਂ ਮੈਨੂੰ ਦੱਸਦਿਆ ਕਰੋ। ਠੀਕ ਆ, ਅਤੇ ਸੋ ਤੇਰੇ ਵਾਲਾ ਨੰਬਰ ਬੋਲੀ ਮਾਣਾ, ਮੇਰਾ ਨੰਬਰ ਹੈ ਜੀ 94-160-14-012। ਇੱਕ ਵਾਰੀ ਹੋਰ ਬੋਲਦੇ 94-160-14-012। ਇੱਕ ਨੰਬਰ ਹੋਰ ਹੈ ਜੀ ਆਪਣਾ 86-071-13-145। ਓਕੇ 86-071-13-145। ਬਾਈ ਜਿਹਨੂੰ ਕਿਹਨੂੰ ਵੀ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਨਾ, ਦੇਖੋ ਪਿੰਦੀ ਕੋਲ ਫੋਨ ਬਹੁਤ ਆਉਂਦੇ ਨੇ, ਹਾਂਜੀ, ਤੇ ਇਹਨੂੰ ਥੋੜਾ ਤੰਗ ਨਾ ਕਰਿਆ ਕਰੋ, ਤੁਹਾਨੂੰ ਇਸ ਵਾਰ ਕਰਕੇ ਰਿਹਾ, ਪਿਛਲੀ ਵਾਰ ਕੀ ਹੈ ਪਿੰਦੀ ਕੋਲ ਮੇਰੇ ਤੋਂ ਜ਼ਿਆਦਾ ਫੋਨ ਪਿੰਦੀ ਕੋਲ ਆ ਗਏ ਸੀ, ਪਿੰਦੀ ਕੋਲ ਫੋਨ ਆ ਗਿਆ, ਇਹਦੇ ਕੋਲ ਕੰਮ ਹੋਰ ਵੀ ਨੇ, ਹੁਣ ਤੁਹਾਨੂੰ ਜਿਹੜੇ ਨੰਬਰ ਦੱਸੇ ਨੇ ਸਿਰਫ ਇਸੇ ਨੰਬਰ ਤੇ ਕੰਟੈਕਟ ਕਰੋ। ਹਾਂ ਇੱਕ ਰਿਕੁਐਸਟ ਹੈ
ਪਹਿਲਾਂ ਪੂਰੀ ਵੀਡੀਓ ਸੁਣ ਲਿਓ ਤੁਸੀਂ। ਤੁਸੀਂ ਕੀ ਕਰਦੇ ਹੋ, ਥੋੜੀ ਜਿਹੀ ਵੀਡੀਓ ਸੁਣੀ 3-4 ਮਿੰਟ ਦੀ, ਉੱਥੇ ਫੇਰ ਕਹਿੰਦੇ ਵੀ ਪਿੰਦੀ ਨੂੰ ਲਾ ਫੋਨ ਯਾਰ, ਪਿੰਦੀ ਦੱਸੂਗਾ ਕੀ ਸੌਦਾ ਹੈ। ਬਈ ਪੂਰੀ ਵੀਡੀਓ ਸੁਣੋ, ਨੰਬਰ ਇਹਨਾਂ ਦੇ ਵਿੱਚ ਦਿੱਤੇ ਹੋਏ ਨੇ, ਦੋ ਨੰਬਰ ਨੇ 9-4-160-14-012-86-071-1345। ਇੱਕ ਵਾਰੀ ਮੇਰੇ ਕਹਿਣ ਤੇ ਇਹ ਚੀਜ਼ ਤੁਸੀਂ ਅਜਮਾ ਕੇ ਦੇਖਣੀ ਹੈ, ਵਰਤ ਕੇ ਦੇਖਣੀ ਹੈ, ਬਾਕੀ ਫੇਰ ਹੀ ਜਾ ਕੇ ਤੈਨੂੰ ਪਤਾ ਲੱਗਣਾ। ਗੱਲ ਹੋਰ ਦੱਸਾਂ ਮੈਂ, ਹੁਣ ਜਿਹੜਾ ਆਪਾਂ ਮੇਲਾ ਲਵਾਇਆ ਸੀ, ਹਾਂਜੀ ਧਨੌਲੇ ਵਾਲਾ, ਹਾਂਜੀ ਧਨੌਲੇ ਵਾਲੇ ਮੇਲਾ ਲੱਗਣ ਦੀ ਵਜ੍ਹਾ ਨਾਲ ਜਿਹੜੇ ਬੰਦੇ ਨੇ ਆਪਣਾ ਬੜਾ ਕਾਫ ਲਿਕੁਇਡ ਯੂਜ ਕਰਿਆ ਹੋਇਆ ਸੀ, ਉਹ ਬੰਦਾ ਦੂਜੇ ਬੰਦੇ ਨੂੰ ਫੜ ਕੇ ਲਿਆ ਕੇ ਆਉਣ ਲੱਗ ਰਿਹਾ ਸੀ, ਯਾਰ ਬੜਾ ਕਾਫ ਵਾਲਿਆਂ ਦੀ ਸਟਾਲ ਕਿੱਥੇ ਹੈ। ਹਾਂ ਬਾਈ, ਬਹੁਤ ਰਸ ਸੀਗਾ, ਹਨਾ, ਠੀਕ ਹੈ। ਹੁਣ ਤੁਸੀਂ ਦੇਖੇ ਵੀ ਉੱਥੇ ਜਿਹੜੇ ਬੱਚੇ ਇਨਾਮ ਜਿੱਤ ਕੇ ਗਏ ਨੇ, ਜਿਹੜਾ ਪਹਿਲੇ ਦੂਜੇ ਤੀਜੇ ਨੰਬਰ ਤੇ ਆਏ ਨੇ, ਮੈਂ ਗਰੰਟੀ ਨਾਲ ਕਹਿੰਦਾ ਉੱਥੇ ਜਿੰਨੇ ਵੀ ਬੱਚੇ ਆਏ ਸੀ ਉਹਨਾਂ ਅੰਦਰ 70-80% ਬੱਚੇ ਆਏ ਸੋਹਣੇ ਸੀ ਜਿਹਨਾਂ ਨੇ ਬੜਾ ਕਾਫ ਪਿਲਾਇਆ ਹੋਇਆ, ਪਿਲਾਇਆ ਹੋਇਆ ਜੀ ਪੱਕਾ ਜੀ, ਠੀਕ ਹੈ। ਹੁਣ ਤੁਸੀਂ ਬੜਾ ਕਾਫ ਲਿਕੁਇਡ ਦਾ ਯੂਜ਼ ਕਰ ਲਿਆ ਸਾਰਿਆਂ ਨੇ, ਹੁਣ ਜਿਹੜਾ ਪਾਊਡਰ ਹੁਣ ਪਿੰਦੀ ਨੇ ਦੱਸਿਆ, ਰਿਜ਼ਲਟ ਵੀ ਤੁਹਾਡੇ ਅੱਗੇ ਕੱਢ ਤੇ ਇਹਨਾਂ ਨੇ, ਹੁਣ ਬੜਾ ਕਾਫ ਜਿਹੜਾ ਪਲੱਸ ਹੈ 6 ਮਹੀਨੇ ਦੇ ਉੱਤੇ ਕੋਈ ਵੀ ਬੱਚਾ ਹੈਗਾ ਉਹਨੂੰ 40 ਗ੍ਰਾਮ ਰੋਜ਼ ਦਾ ਦੇਣਾ, ਉਹਦਾ ਫਾਇਦਾ ਕੀ ਹੋਊਗਾ? ਇਹ ਇੱਕ ਤਾਂ ਬੱਚੇ ਦੀ ਗਰੋਥ ਰੁਕਦੀ ਨਹੀਂ, ਉੱਥੇ ਕੰਟੀਨਿਊ ਗਰੋਥ ਰਹੀ ਜਾਊਗੀ, ਨਾਲੇ ਦੂਜਾ ਕੰਮ ਇੱਦਾਂ ਰਹੂਗਾ, ਇੱਕ ਡੰਗਰ ਟਾਈਮ ਨਾਲ ਗੱਭਣ ਹੋਊਗਾ, ਸਰੀਰ ਨਾਲ ਜੇ ਤਿਆਰ ਹੋਊਗਾ, ਜੇ ਉਹਨੂੰ ਖਾਇਆ ਪੀਓ ਤੇ ਸਰੀਰ ਨੂੰ ਲੱਗੂਗਾ। ਹੁਣ ਜਿਵੇਂ ਕੱਖ ਖਾਣ ਲੱਗ ਗਿਆ, ਕੱਖ ਖਾਣ ਲੱਗ ਗਿਆ ਤਾਂ ਆਪਾਂ ਨਾਲੇ 40 ਗ੍ਰਾਮ ਪਾਊਡਰ, ਜੇ ਛੋਟਾ ਬੱਚਾ ਹੈਗਾ ਤਾਂ 20 ਗ੍ਰਾਮ ਸਵੇਰੇ, 20 ਗ੍ਰਾਮ ਸ਼ਾਮ ਨੂੰ, ਜੇ 1 ਸਾਲ ਤੋਂ ਉੱਤੇ ਹੋ ਗਿਆ ਤਾਂ 40 ਗ੍ਰਾਮ ਇਕੱਠਾ ਵੀ ਪਾ ਸਕਦੇ ਹਾਂ ਆਪਾਂ, ਕੋਈ ਦਿੱਕਤ ਵਾਲੀ ਗੱਲ ਨਹੀਂ। ਇੱਥੇ ਰਿਜ਼ਲਟ ਤੁਹਾਨੂੰ ਸਿਰੇ ਦਾ ਮਿਲੇਗਾ, ਤੁਸੀਂ ਪਹਿਲੇ ਬੜਾ ਕਾਫ ਲਿਕੁਇਡ ਦਾ ਵਿਸ਼ਵਾਸ ਕਰਿਆ ਹੈ, ਤੁਹਾਨੂੰ ਰਿਜ਼ਲਟ ਟੋਪ ਦਾ ਮਿਲੇਗਾ। ਹੁਣ ਹੁਣ ਇਹ ਜਿਹੜਾ ਪਾਊਡਰ ਆਇਆ, ਇੱਕ ਵਾਰ ਰਿਕੁਐਸਟ ਹੈ, ਇਹ ਵਰਤ ਕੇ ਦੇਖੋ, ਤੁਸੀਂ ਖੁਦ ਮੰਨੋਗੇ ਜਿਹੜੀ ਤੁਹਾਡੀ ਕੱਟੀਆਂ ਨੇ ਵੱਛੀਆਂ ਨੇ ਟਾਈਮ ਨਾਲ ਬਣਾਉਣੀ ਹੈ, ਟਾਈਮ ਨਾਲ। ਬਿਲਕੁਲ ਜੀ, ਇਹੀ ਫਰਕ ਹੈ ਵੀਰੇ, ਮੈਂ ਦੇਖੋ ਉਹੀ ਗੱਲ ਹੈ, ਜੇ ਟਾਈਮ ਤੇ ਨਹੀਂ ਕਰਾਉਂਦੇ, ਦੋ ਝੋਟੀਆਂ ਤਾਂ ਆਪਾਂ ਸਿਬੂ ਪਾਉਣੇ, 3 ਸਾਲ ਦੀਆਂ ਸੂਪੀਆਂ, 2.5 ਸਾਲਾਂ ਤੋਂ ਉੱਤੇ ਹੋ ਕੇ ਕਾਲੀ ਨਾਗਣੀ ਸੂਪੀ, ਤੇ ਜਿਹੜੀਆਂ ਉਹਦੀਆਂ ਨਾਲ ਦੀਆਂ ਖੜੀਆਂ, ਮਤਲਬ ਝੋਟੀਆਂ 3-4, ਹਨਾ, ਤੇ ਉਹ ਹਜੇ ਵੀਰੇ ਕੱਲੀਆਂ ਚੈੱਕ ਪਾਸ ਹੀ ਹੋਊਗਾ, ਕੋਈ 3 ਮਹੀਨੇ ਦੀ, ਕੋਈ 4 ਦੀ, ਇਦੂ ਵੱਧ ਤਾਂ ਹੈ ਨਹੀਂ ਨਾ, 4 ਤੋਂ ਤਾਂ ਥੱਲੇ ਹੈ ਨਾ, ਤੇ ਹਜੇ ਵੀ 6 ਮਹੀਨਿਆਂ ਨੂੰ ਜਾ ਕੇ ਸੂਣਾ ਉਹਨਾਂ ਨੇ, ਤੇ ਉਦੋਂ ਨੂੰ ਉਹ ਦੁਬਾਰੇ ਜੇ ਆਪਾਂ ਹੁਣ ਟੀਕਾ ਭਰਾਉਣਾ ਨਾ ਆਹੀ ਮਹੀਨੇ 'ਚ, ਤਾਂ ਦੁਬਾਰੇ ਆਪਾਂ ਉਦੋਂ ਨੂੰ ਗੱਭਣ ਹੋ ਜਾਣਗੀਆਂ ਉਸੇ 6 ਮਹੀਨਿਆਂ ਦੀਆਂ, ਜਦੋਂ ਇਹਨਾਂ ਨੇ ਸੂਣਾ। ਤੁਸੀਂ ਦੇਖੋ 1 ਸਾਲ ਬੱਚਾ ਘੱਟ ਗਿਆ, 1 ਸਾਲ ਦਾ ਫੁੱਲ ਦੁੱਧ ਘੱਟ ਗਿਆ, ਹਨਾ, ਤਾਂ ਇਹ ਚੀਜ਼ਾਂ ਹੁੰਦੀਆਂ, ਜੇ ਆਪਾਂ ਗੌਰ ਗੂਰ ਦੇ ਨਾਲ ਥੋੜ੍ਹਾ ਬਹੁਤ ਹੀ ਕੰਮ ਹੁੰਦਾ ਇਹ, ਕੋਈ ਨਜਾਇਜ਼ ਜ਼ਿਆਦਾ ਨਹੀਂ ਹੁੰਦਾ, ਪਰ ਚੀਜ਼ ਹਾਂ ਰਿਜ਼ਲਟ ਵਧੀਆ ਲਿਆ ਕਰੋ। ਐਂ ਨਹੀਂ ਵੀ ਇੱਕ ਅੱਧੀ ਚੀਜ਼ ਆਪਾਂ ਪਿਆ ਕੇ ਬੰਦ ਕਰਤੀ, ਕਿਲੋ ਦੇਤੀ, 2 ਕਿਲੋ ਦੇਤੀ, ਨਹੀਂ, ਵੱਧ ਤੋਂ ਵੱਧ ਕਿੰਨਾ ਖਊਗਾ ਜੇ 40 ਗ੍ਰਾਮ ਦੇ ਹਿਸਾਬ ਦੇ ਨਾਲ ਲਾਈਏ, 30 ਦਿਨ ਮਹੀਨੇ ਦੇ ਵਿੱਚ ਆਉਂਦਾ, ਜੇ 5-7 ਮਹੀਨੇ ਵੀ ਤੁਸੀਂ 6 ਮਹੀਨੇ ਵਾਲੇ ਬੱਚੇ ਨੂੰ ਜਿਹੜਾ ਪਾਊਡਰ ਫਾਰਮ ਦੇ ਵਿੱਚ ਆਪਾਂ ਦੇਈ ਜਾਂਦੇ 40 ਗ੍ਰਾਮ, 5-6 ਮਹੀਨੇ ਇੱਕ ਬਾਲਟੀ ਜਾਂਦੀ ਹੈ, ਖੜਦਾ ਕੀ ਬੰਦਾ, ਇਹਦਾ ਸਾਰਾ 8-10 ਰੁਪਏ ਦੀ ਖੁਰਾਕ ਵੀ ਨਹੀਂ ਪੈਂਦੀ ਰੋਜ਼ ਦੀ ਆਪਾਂ ਦੇਖੀਏ। ਬਿਲਕੁਲ ਉਹੀ ਡੰਗਰ, ਜੇ ਆਪਣਾ ਨਵੇਂ ਦੁੱਧ ਨਹੀਂ ਹੋਇਆ 1 ਸਾਲ ਜਾਂ ਲੇਟ ਵੀ ਹੋ ਗਿਆ, 6-8 ਮਹੀਨੇ ਲੇਟ ਹੋ ਗਿਆ, ਉਹਨਾਂ ਦਾ ਆਪਾਂ ਕੱਖ ਫਲਤੂ ਪਾ ਦਾਂਗੇ, ਬਾਕੀ ਨਾਲੇ ਕੱਟੀਆਂ ਜਿਹੜੀਆਂ ਕੋਈ ਧੁੰਦਰਾਈਆਂ ਹੋਣਗੀਆਂ ਇਹਨਾਂ ਨੂੰ ਪਾ ਕੇ ਦੇਖਿਓ, ਤੇ ਜੇ ਐਂ ਜਾਂ ਨਾ ਚੌਂਕੀਆਂ ਤੁਸੀਂ ਮੈਨੂੰ ਕਹਿ ਦਿਓ। ਹਾਂ ਠੀਕ ਹੈ, ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ, ਧੰਨਵਾਦ, ਵੀਡੀਓ ਨੂੰ ਵੱਧ ਤੋਂ ਵੱਧ ਕਰਿਓ ਸ਼ੇਅਰ।